ਹਾਂਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਸੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਇੱਕ ਸੀ ਦੇਸੀ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਬਾਇਓਗ੍ਰਾਫੀ ਲੈ ਕੇ ਆਏ ਹਾਂ ਪੰਜਾਬ ਦੇ ਇੱਕ ਨਵੇਂ ਸਿੰਗਰ ਕੌਰ ਵਾਲੇ ਮਾਨ ਦੀ ਜੀ ਹਾਂ ਕੌਰ ਵਾਲਾ ਮਾਨ ਜਿਨ੍ਹਾਂ ਦਾ ਹੁਣੇ ਇੱਕ ਨਵਾਂ ਗਾਣਾ ਰਿਲੀਜ਼ ਹੋਇਆ ਹੈ ਕਿ ਲਾ ਕੇ ਫੜਾਤਾ ਛੱਲਾ ਤੂੰ ਕੋਈ ਕਦਰ ਨਾ ਜਾਣੀਨੀ ਸਰਕਸ ਵਾਂਗੂ ਲੱਗੀ ਤੈਨੂੰ ਇਸ਼ਕ ਕਹਾਣੀ ਨਹੀਂ ਇਸ਼ਕ ਦਾ ਬਣਦਾ ਮਹਿਲ ਨਾ ਕੰਧਾਂ ਖੋਰ ਹੋਣੀਆਂ ਸੀ ਰੈਂਦੀ ਸਾਡੇ ਨਾਲ ਤਾਂ ਗੱਲਾਂ ਹੋਰ ਹੋੜੀਆਂ ਸੀ ਭੁੱਲ ਗਈ 141 ਪੀਬੀ 31 ਵਾਲੇ ਦਾ ਉਹ ਨਵੇਂ ਯਾਰ ਦੀ ਗੱਡੀ ਚੜ੍ਹਦੀ ਝਾੜ ਕੇ ਪੈਰਾਂ ਨੂੰ ਉਂਗਲੀ ਉੱਤੇ ਦਾਗ ਤਾਂ ਲੜੇ ਸਾਡੇ ਛੱਲੇ ਦਾ ਮੁੰਦਰੀ ਦਾ ਮੈਂ ਸੁਣਿਆ ਨਾਪ ਤੂੰ ਦਿੰਦੀ ਗੇਰਾਂ ਨੂੰ ਮੁੰਦਰੀ ਦਾ ਮੈਂ ਸੁਣਿਆ ਨਾਪ ਤੂ ਦਿੰਦੀ ਗੇਰਾਂ ਨੂੰ ਇਸ ਗਾਣੇ ਦਾ ਨਾਮ ਡਿਸਮਸ 141 ਰੱਖਿਆ ਗਿਆ ਹੈ ਤੇ ਇਸ ਗਾਣੇ ਉੱਤੇ ਸਿਰਫ ਇੱਕ ਹਫ਼ਤੇ ਵਿੱਚ ਹੀ 11 ਮਿਲੀਅਨ ਵਿਊ ਕ੍ਰਾਸ ਹੋ ਗਏ ਨੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੌਰ ਵਾਲੇ ਮਾਨ ਦੇ ਜਨਮ ਤੋਂ ਲੈ ਕੇ ਹੁਣ ਤੱਕ ਦੀ ਜੀਵਨ ਕਹਾਣੀ ਤੁਹਾਨੂੰ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਜੇ ਉਹਨਾਂ ਦੇ ਰੀਅਲ ਨੇਮ ਦੀ ਗੱਲ ਕਰੀਏ ਤਾਂ ਉਹਨਾਂ ਦਾ ਰੀਅਲ ਨੇਮ ਲਵਪ੍ਰੀਤ ਸਿੰਘ ਮਾਨ ਹੈ ਪਰ ਜਦੋਂ ਉਹ ਗਜ਼ਲਾਂ ਲਿਖ ਕੇ ਫੇਸਬੁੱਕ ਤੇ ਪਾਉਂਦੇ ਹੁੰਦੇ ਸੀ ਤਾਂ ਉਹ ਗਜ਼ਲਾਂ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਇਸ ਤੋਂ ਬਾਅਦ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ। ਉਹਨਾਂ ਨੇ ਆਪਣੀ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹਨਾਂ ਨੂੰ ਪੜ੍ਹਨ ਦਾ ਬਹੁਤਾ ਸ਼ੌਂਕ ਨਹੀਂ ਸੀ। ਉਹ ਜਾਂ ਤਾਂ ਖੇਤੀ ਕਰ ਸਕਦਾ ਸੀ ਤੇ ਜਾਂ ਫਿਰ ਗਾਇਕੀ ਕਰ ਸਕਦਾ ਸੀ। ਨੌਕਰੀ ਕਰਨਨੀ ਤਾਂ ਉਸਦੇ ਵੱਸ ਦੀ ਗੱਲ ਨਹੀਂ ਸੀ। ਉਹਨਾਂ ਨੂੰ ਬਚਪਨ ਤੋਂ ਹੀ ਗੀਤ ਲਿਖਣ ਤੇ ਗਾਉਣ ਦਾ ਬਹੁਤ ਸ਼ੌਂਕ ਸੀ। ਉਹ 8ਵੀਂ ਜਮਾਤ ਤੋਂ ਹੀ ਗੀਤ ਲਿਖਣ ਲੱਗ ਗਿਆ ਸੀ। ਸਕੂਲ ਕਾਲਜ ਦੇ ਹਰ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦਾ ਸੀ ਪਰ ਦੂਜੇ ਪਾਸੇ ਉਸਦੇ ਪਿਤਾ ਜੀ ਚਾਹੁੰਦੇ ਸੀ ਕਿ ਉਹ ਪੜ੍ਹ ਲਿਖ ਕੇ ਕੋਈ ਚੰਗੀ ਨੌਕਰੀ ਕਰੇ ਉਹ ਗਾਇਕੀ ਨੂੰ ਛੱਡ ਦੇਵੇ ਪਰ ਮਾਨ ਗੀਤ ਲਿਖਦਾ ਗਿਆ ਉਹ ਮਸ਼ਹੂਰ ਪੰਜਾਬੀ ਗਾਇਕ ਮਨਮੋਹਨ ਵਾਰਿਸ ਦਾ ਪੰਜਾਬੀ ਵਿਰਸਾ ਬਹੁਤ ਸੁਣਦਾ ਹੁੰਦਾ ਸੀ ਉਹਨਾਂ ਨੂੰ ਸੁਣ ਸੁਣ ਕੇ ਤੇ ਦੇਖ ਦੇ ਕੇ ਹੀ ਉਹ ਗੀਤ ਲਿਖਦਾ ਗਿਆ ਉਹ ਆਪਣੇ ਲਿਖੇ ਹੋਏ ਗੀਤ ਆਪਣੀ ਮਾਤਾ ਜੀ ਤੇ ਆਪਣੇ ਯਾਰਾਂ ਦੋਸਤਾਂ ਨੂੰ ਸੁਣਾਉਂਦਾ ਹੁੰਦਾ ਸੀ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਆਪਣੀ ਗਾਣਿਆਂ ਵਿਚਲੀਆਂ ਕਮੀਆਂ ਪਤਾ ਲੱਗ ਜਾਂਦੀਆਂ ਸੀ ਤੇ ਉਹ ਕਮੀਆਂ ਨੂੰ ਦੂਰ ਕਰ ਲੈਂਦਾ ਸੀ ਜੇ ਉਹਨਾਂ ਦੇ 뮤직 ਕੈਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ 뮤직 ਕੈਰੀਅਰ ਦੀ ਸ਼ੁਰੂਆਤ ਸਨ 2019 ਦੇ ਵਿੱਚ ਦਾਦਕੇ ਨਾਨਕੇ Song ਨਾਲ ਕੀਤੀ ਸੀ ਇਸ ਗਾਣੇ ਵਿੱਚ ਉਹਨਾਂ ਨਾਲ ਗੁਰਲੇਜ ਅਖਤਰ ਨੇ ਵੀ ਗਾਇਆ ਸੀ ਅੱਜ ਦੇ ਟਾਈਮ ਵਿੱਚ ਇਸ ਗਾਣੇ ਦੇ ਉੱਤੇ 38 ਮਿਲੀਅਨ ਵਿਊ ਹੋ ਚੁੱਕੇ ਨੇ ਇਸ ਤੋਂ ਬਾਅਦ ਉਹਨਾਂ ਨੇ ਬਰੂਦ ਦਿਲ ਫਿਲਮੀ ਸਕੇਨ ਡਿਸਮਿਸ ਇੱਕ ਕਤਾਲੀ ਜਿਹੇ ਸੁਪਰ ਹਿੱਟ ਗੀਤ ਗਾਏ। ਉਹਨਾਂ ਦੇ ਇੰਨਾ ਸੁਪਰ ਹਿੱਟ ਗਾਣਿਆਂ ਕਾਰਨ ਹੀ ਉਹਨਾਂ ਦੀ ਫੈਨ ਫਾਲੋਇੰਗ ਵੀ ਬਹੁਤ ਵੱਧ ਗਈ ਹੈ। ਉਹਨਾਂ ਦੇ ਫਿਲਮੀ ਸਕੇਨ ਗਾਣੇ ਦੇ ਉੱਤੇ 72 ਮਿਲੀਅਨ ਵਿਊ ਹਨ। ਤੇ ਇਸੇ ਤਰ੍ਹਾਂ ਉਹਨਾਂ ਦੇ ਬਰੂਦ ਦਿਲ ਗਾਣੇ ਨੂੰ ਵੀ 97 ਮਿਲੀਅਨ ਲੋਕ ਦੇਖ ਚੁੱਕੇ ਨੇ। ਇਸ ਤਰ੍ਹਾਂ ਦੋਸਤੋ ਉਹਨਾਂ ਨੂੰ ਚਾਹਣ ਵਾਲਿਆਂ ਦੀ ਗਿਣਤੀ ਬਹੁਤ ਵੱਧ ਚੁੱਕੀ ਹੈ। ਜੇਕਰ ਉਹਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਅਜੇ ਨਹੀਂ ਹੋਇਆ। ਤੇ ਐਨ ਆ ਦੀ ਹਾਈਟ 5 ਫੁੱਟ 8 ਇੰਚ ਹੈ ਅੱਜ ਦੇ ਟਾਈਮ ਵਿੱਚ ਜਦੋਂ ਕੋਰ ਵਾਲਾ ਮਾਨ ਗਾਇਕੀ ਦੇ ਵਿੱਚ ਵਧੀਆ ਕੰਮ ਕਰ ਰਿਹਾ ਹੈ ਤਾਂ ਉਹਨਾਂ ਦੇ ਪਿਤਾ ਜੀ ਵੀ ਉਹਨਾਂ ਨੂੰ ਪੂਰੀ ਸਪੋਰਟ ਕਰਦੇ ਨੇ ਜੋ ਪਹਿਲਾਂ ਨਹੀਂ ਕਰਦੇ ਸੀ ਕੋਰ ਵਾਲਾ ਮਾਨ ਆਪਣੀ ਕਾਮਯਾਬੀ ਦਾ ਸਹਾਰਾ ਆਪਣੇ ਯਾਰਾਂ ਦੋਸਤਾਂ ਨੂੰ ਦਿੰਦਾ ਹੈ ਯਾਰਾਂ ਦੋਸਤਾਂ ਨੇ ਉਸ ਦਾ ਬਹੁਤ ਸਾਥ ਦਿੱਤਾ ਇੱਥੋਂ ਤੱਕ ਪਹੁੰਚਣ ਲਈ ਸੋ ਦੋਸਤੋ ਜੇਕਰ ਤੁਸੀਂ ਵੀ ਕੋਰ ਵਾਲੇ ਮਾਨ ਦੀ ਗਾਇਕੀ ਦੇ ਫੈਨ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਤੇ ਨਾਲ ਹੀ ਇਹੋ ਜੀਆਂ ਹੋਰ ਵਧੀਆ ਵੀਡੀਓ ਦੇਖਣ ਦੇ ਲਈ ਇੱਕ ਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੀ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੋਸਤੋ ਹੁਣ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਰੱਬ ਰੱਖਾ